ਮੋਹਾਲੀ ਦੇ ਸੀਪੀ ਮਾਲ ਦੇ ਬਾਹਰ ਹੋਈ ਫਾਇਰਿੰਗ ਨੂੰ ਲੈ ਕੇ ਹੁਣ ਲਗਾਤਾਰ ਵੱਡੇ ਖੁਲਾਸੇ ਸਾਹਮਣੇ ਆ ਰਹੇ, ਜਿਸ ਨੂੰ ਲੈ ਕੇ ਸਪੈਸ਼ਲ ਸੈੱਲ ਮੋਹਾਲੀ ਵੱਲੋਂ ਇੱਕ ਜਿਹੜਾ ਹੈਗਾ 5 ਦੀ ਗ੍ਰਿਫਤਾਰੀ ਹੋਈ ਹੈ ਤੇ ਇਹਦੇ ਵਿੱਚ ਕਈ ਜਿਹੜੇ ਹੈਗੇ ਪੁਲਿਸ ਨੂੰ ਖੁਲਾਸੇ ਹੋਏ ਨੇ। ਸਾਡੇ ਨਾਲ DSP ਗੁਰਸ਼ੇਰ ਸਿੰਘ ਸੰਧੂ ਨੇ। ਸਰ, ਸੀਪੀ ਮਾਲ ਦੇ ਬਾਹਰ ਜਿਹੜੀ ਫਾਇਰਿੰਗ ਹੋਈ ਸੀ ਰਾਜੇਸ਼ ਡੋਗਰਾ ਨਾਂ ਦੀ, ਇਸ ਪੂਰੇ ਮਾਮਲੇ 'ਚ ਹੁਣ ਲਗਾਤਾਰ ਇਨਵੈਸਟੀਗੇਸ਼ਨ 'ਚ 5 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ, ਇਨਵੈਸਟੀਗੇਸ਼ਨ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈਆਂ? ਮਨੋਜ ਜੀ, ਇੱਕ ਛੋਟਾ ਕੇਸ ਨਹੀਂ ਹੈ, ਬਹੁਤ ਹਾਈ ਪ੍ਰੋਫਾਈਲ ਕੇਸ ਸੀਗਾ ਔਰ 5 ਸਟੇਟਾਂ ਦੇ ਅਕ੍ਰੋਸ ਜਿਹੜਾ ਇਹ ਕੇਸ ਰਿਵੋਲਵ ਕਰਦਾ। ਇਹਦੀ ਜਿਹੜੀ ਸ਼ੁਰੂਆਤ ਹੈ 2006 ਦੇ ਵਿੱਚ ਜੰਮੂ ਦੇ ਵਿੱਚ ਇੱਕ 2 ਗੈਂਗਸ ਦੀ ਰਾਈਵਲਰੀ ਤੋਂ ਸ਼ੁਰੂ ਹੁੰਦੀ ਹੈ ਔਰ ਇਹਦੇ ਵਿੱਚ 2 ਰਾਈਵਲ ਗੈਂਗਸ ਬੱਕਰਾ ਗੈਂਗ ਔਰ ਬਿੱਲੂ ਗੈਂਗ ਨੇ, ਜਿਹਦੇ ਵਿੱਚ ਜਿਹੜਾ ਡਿਸੀਜ਼ਡ ਹੈ ਰਜੇਸ਼ ਡੋਗਰਾ ਅਲੀਸ ਮੋਨਾ ਝੀਰ, ਉਹਨੇ ਇੱਕ ਬੱਕਰਾ ਨਾਮ ਦਾ ਜਿਹੜਾ ਗੈਂਗਸਟਰ ਸੀ 2006 'ਚ ਮਾਰਿਆ ਸੀਗਾ, ਉਹਦਾ ਬਦਲਾ ਲੈਂਦਿਆਂ ਹੋਇਆਂ ਜਿਹੜਾ ਇਹਨਾਂ ਦਾ ਮੁੱਖ ਸਰਗਨਾ ਸੀ ਜਿਹੜਾ ਬਿੱਲੂ ਬੱਕਰੇ ਗੈਂਗ ਦਾ ਅਨਿਲ ਏਲੀਅਸ ਬਿੱਲਾ, ਉਹਨੇ ਸਾਰੀ ਆਪਣੀ ਟੀਮ ਤਿਆਰ ਕਰਕੇ ਜਿਹੜਾ ਇਹ CP60 ਮਾਲ ਦੇ ਸਾਹਮਣੇ ਜਿਹੜੀ ਫਾਇਰਿੰਗ ਕਰਕੇ ਔਰ ਇਹ ਬੰਦਾ ਮਾਰਿਆ। ਸਰ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ, ਕਿੰਨੇ ਦਿਨਾਂ ਤੋਂ ਇਹ ਪਲੈਨਿੰਗ ਚੱਲ ਰਹੀ ਸੀ, ਕਿਸ ਤਰ੍ਹਾਂ ਇਹਨੇ ਵੈਪਨ ਜਿਹੜੇ ਹੈਗੇ ਰਿਕਵਰ, ਕਿਸ ਤਰ੍ਹਾਂ ਇਕੱਠ ਹੋਏ ਔਰ ਕਿਸ ਤਰ੍ਹਾਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ? ਮਨੋਜ ਜੀ, 2015 ਦੇ ਵਿੱਚ ਪਹਿਲੀ ਜਿਹੜੀ ਇਹਨਾਂ ਨੇ ਅਟੈਂਪਟ ਹੋਈ ਸੀਗੀ ਉਦੋਂ ਰੈਕੀ ਕੀਤੀ ਗਈ ਸੀ ਜੰਮੂ ਏਰੀਆ ਦੇ ਵਿੱਚ ਔਰ ਇਹ ਸਾਰੀ ਟੀਮ ਉਦੋਂ ਦੀ ਇਹਨਾਂ ਦੀ ਇਕੱਠੀ ਹੈ, ਕਿਉਂਕਿ ਜਿਹੜੇ ਟੀਮ ਮੈਂਬਰਸ ਨੇ ਉਹਦੇ ਵਿੱਚੋਂ ਕਈ ਪੇਸ਼ਾਵਰ ਸ਼ੂਟਰ ਨੇ, ਜਿੱਦਾਂ ਜਿਹੜਾ ਇੱਕ ਮੁੰਡਾ ਪ੍ਰੀਤ ਹੈ ਮੇਰਠ ਦਾ, ਉਹ ਤੇ ਆਲਰੇਡੀ 2 ਫਾਇਰਿੰਗ ਦੇ ਇੰਸੀਡੈਂਸਿਸ ਨੇ ਔਰ ਇਹ ਪੇਸ਼ਾਵਰ ਸ਼ੂਟਰ ਹੈਗਾ ਔਰ ਉਹਦੇ ਖਾਤੇ ਦੇ ਵਿੱਚ 2015 ਦੇ ਵਿੱਚ ਵੀ 4 ਲੱਖ ਰੁਪਇਆ ਪਾਇਆ ਗਿਆ ਸੀਗਾ ਤੇ ਹੁਣ ਵੀ ਉਹਨੂੰ 5 ਲੱਖ ਦਿੱਤਾ ਗਿਆ। ਠੀਕ ਹੈ। ਇੱਦਾਂ ਹੀ ਜਿਹੜਾ ਰਾਜਾ ਜਿਹਨੇ ਮੁਖਬਰੀ ਦਿੱਤੀ ਹੈ 35 ਲੱਖ ਰੁਪਇਆ ਉਹਨੂੰ ਦਿੱਤਾ ਗਿਆ ਸੀਗਾ ਔਰ ਬੜਾ ਹਾਈ ਸਟੇਕ ਮਰਡਰ ਹੋਇਆ ਇਹਦੇ ਵਿੱਚ, ਬਹੁਤ ਜ਼ਿਆਦਾ ਜਿਹੜਾ ਫਾਈਨੈਂਸ਼ੀਅਲੀ ਜਿਹੜਾ ਇਹਦੇ ਵਿੱਚ ਇਨਪੁੱਟ ਜਿਹੜੇ ਲਾਏ ਗਏ। ਗੁਰਸ਼ੇਰ ਸਰ, ਕਿਉਂਕਿ ਅਯੋਧਿਆ ਨਿਕਲਣਾ ਸੀਗਾ ਉਹਨਾਂ ਨੇ ਜੰਮੂ ਤੋਂ, ਸੈਚਰਡੇ ਨੂੰ ਸ਼ਾਮ ਨੂੰ ਖਰੜ ਦੇ ਹੋਟਲ ਦੇ ਵਿੱਚ ਆਉਂਦੇ ਆ, 2 ਦਿਨ ਰੁਕਣ ਦਾ ਮਤਲਬ ਕੀ ਹੈ? ਇੱਥੇ ਆ ਕੇ ਮਰਡਰ ਕਰਨਾ, ਇਹ ਕਾਫੀ ਸਸਪੈਂਸ ਬਣਿਆ ਹੋਇਆ ਸੀ। ਇਹਨੂੰ ਹੋਲਡ ਕਰਾਇਆ ਗਿਆ, ਜਿਹੜਾ ਲੜਕਾ ਰਾਜਾ ਸੰਦੀਪ ਰਾਜਾ ਸੀ ਉਹਦੇ ਵੱਲੋਂ ਹੋਲਡ ਕਰਾਇਆ ਗਿਆ, ਉਹਨੇ ਕਿਹਾ ਕਿ ਆਪਾਂ ਇਕੱਠੇ ਚੱਲਾਂਗੇ। ਇਨ ਦਾ ਮੀਨ ਟਾਈਮ ਉਹਨੇ ਜਿਹੜੀ ਸਾਰੀ ਟੀਮ ਇਕੱਠੀ ਕੀਤੀ, ਕਿਉਂਕਿ ਉਹਨੇ ਜਿਹੜਾ ਮੁਖਰੀ ਦੇ ਪੈਸੇ ਲਿੱਤੇ ਹੋਏ ਸੀਗੇ ਰਾਈਵਲ ਗੈਂਗ ਦੇ ਨਾਲ ਰਲ ਗਿਆ, ਸਾਰੀ ਉਹਨੇ ਟੀਮ ਇਕੱਠੀ ਕਰਕੇ ਫਿਰ ਇੱਥੇ ਸਟ੍ਰਾਈਕ ਕਰਵਾਇਆ। ਠੀਕ ਹੈ। ਤੇ ਹੋਰ ਵੀ ਕਈ ਇਹਦੇ ਵਿੱਚ 8 ਲੋਕ ਨੇ, ਹੋਰ ਵੀ ਜਿਹੜੀ ਗ੍ਰਿਫਤਾਰੀਆਂ, ਹਜੇ ਤੱਕ ਕਲਿਊ ਕੁਝ ਮਿਲਿਆ ਉਹਨਾਂ ਦਾ? ਸਾਡੀ ਸਪੈਸ਼ਲ ਸੈੱਲ ਦੀਆਂ 2 ਟੀਮਸ ਹਜੇ ਵੀ ਡਿਫਰੈਂਟ ਸਟੇਟਸ ਦੇ ਵਿੱਚ ਕਰ ਰਹੀਆਂ ਤੇ ਜਲਦੀ ਅਸੀਂ ਪ੍ਰੈਸ ਦੇ ਨਾਲ ਜਿਹੜੀ ਆਉਣ ਵਾਲੀ ਕਾਮਯਾਬੀ ਉਹ ਸ਼ੇਅਰ ਕਰਾਂਗੇ। ਤੇ ਗੱਡੀਆਂ ਜਿਹੜੀ ਰਿਕਵਰ ਹੋਈਆਂ, ਕਿੱਥੋਂ ਕਿੱਥੋਂ ਰਿਕਵਰ ਹੋਈ, ਇਹਨਾਂ ਦੇ ਨਾਲ ਹੀ ਹੋਈ ਸਾਰੀ ਗੱਡੀਆਂ? ਜਿਹੜੀਆਂ 3 ਗੱਡੀਆਂ, ਜਿੱਦਾਂ ਸਾਹਿਬ ਨੇ ਦੱਸਿਆ, ਸਿੰਘ ਸਾਹਿਬ ਨੇ ਕਿ 3 ਗੱਡੀਆਂ ਜਿਹੜੀ ਵਾਰਦਾਤ ਦੇ ਵਿੱਚ ਐਕਟਿਵ ਯੂਜ਼ ਹੋਈਆਂ ਉਹ ਮਾਲੀ ਏਰੀਆ 'ਚ ਹੀ ਰਹਿ ਗਈਆਂ ਸੀਗੀਆਂ। 4ਥਾ ਵਹੀਕਲ ਅਸੀਂ ਬੜੇ ਮਿਹਨਤ ਕਰਕੇ ਟੋਲ ਪਲਾਜ਼ਾ ਸਾਰੇ ਖੰਗਾਲੇ ਕਿ ਜਦੋਂ ਜੰਮੂ ਤੋਂ ਆਏ ਤੇ ਕਿਹੜੀ 4ਥੀ ਗੱਡੀ ਆਈ ਇਹਨਾਂ ਦੀ, ਕਿਉਂਕਿ ਇਹ 3 ਗੱਡੀਆਂ ਬਾਰੇ ਸਾਨੂੰ ਪਤਾ ਲੱਗ ਗਿਆ ਕਿ 3 ਗੱਡੀਆਂ ਇੱਥੇ ਰਹਿ ਗਈਆਂ। ਫਿਰ 4ਥੀ ਗੱਡੀ ਦੀ ਟ੍ਰੇਲ ਕਰਕੇ ਅਸੀਂ ਪੀਲੀਭੀਤ ਪਹੁੰਚੇ, ਪੀਲੀਭੀਤ ਤੋਂ ਨੇਪਾਲ ਬਾਰਡਰ ਦੇ ਲਾਗੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਟੀਮ ਸਾਡੀ ਉਹੀ ਟੀਮ ਜਿਹੜੀ ਦਿੱਲੀ, ਰੋਹਤਕ, ਜੀਂਦ, ਭਵਾਨੀ ਔਰ ਉਸ ਤੋਂ ਪਹਿਲਾਂ ਜੰਮੂ, ਟੋਟਲ 3200 ਕਿਲੋਮੀਟਰ ਦਾ ਜਿਹੜਾ ਇਹ ਸਾਡਾ ਡਿਸਟੈਂਸ ਕਵਰ ਹੋਇਆ ਉਸ ਆਪਰੇਸ਼ਨ ਦੇ ਵਿੱਚ ਔਰ 4 ਦਿਨ ਦੀ ਜਿਹੜੀ ਅਣਥਕ ਮਿਹਨਤ ਤੋਂ ਬਾਅਦ ਇਹ ਸਫਲਤਾ ਮਿਲੀ। ਇਹ ਗੈਂਗਵਾਰ ਹੈ ਪਲੱਸ ਮੋਹਾਲੀ ਦਾ, ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਮ ਗੁਰੂ ਸਾਹਿਬ ਦੇ ਬੱਚਿਆਂ ਦੇ ਨਾਂ ਦੇ ਰੱਖਿਆ ਗਿਆ। ਇਹ ਗੁਰੂ ਪੀਰਾਂ ਦੀ ਧਰਤੀ ਹੈ ਅਤੇ ਇਹੋ ਜਿਹੀ ਸ਼ਾਂਤੀ ਨਹੀਂ ਫੈਲਾਉਣ ਦਿੱਤੀ ਜਾਊਗੀ। ਪਹਿਲਾਂ ਵੀ ਅਸੀਂ ਮੀਡੀਆ ਦੇ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਮੋਹਾਲੀ ਦੇ ਵਿੱਚ 0 ਟੋਲਰੈਂਸ ਰਹੂਗੀ ਕ੍ਰਾਈਮ ਦੀ। ਬਿਲਕੁਲ, ਜਿੱਦਾਂ ਕੋਈ ਕ੍ਰਾਈਮ ਹੋਊਗਾ ਉਹਦੇ ਮਤਲਬ ਜਿਹੜੀ ਪੈੜ ਨੱਪ ਕੇ ਉਹਨੂੰ ਨੱਪਿਆ ਜਾਊਗਾ। ਤੇ ਬਿਲਕੁਲ, ਜਿੱਦਾਂ DSP ਗੁਰਸ਼ੇਰ ਸੰਧੂ ਸਪੈਸ਼ਲ ਸੈੱਲ ਦੇ ਜਿਹੜੇ DSP ਨੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਪੂਰੀ ਪਲੈਨਿੰਗ ਦੇ ਤਹਿਤ ਇੱਕ ਮਰਡਰ ਦੀ ਵਾਰਦਾਤ ਨੂੰ ਇੱਕ ਪਲੈਨਿੰਗ ਕੀਤੀ, ਉਸ ਤੋਂ ਬਾਅਦ ਇਹ ਪੂਰੀ ਟੀਮ ਇਕੱਠੀ ਕੀਤੀ, ਇਹ ਬਦਲਾ ਲੈਣਾ ਚਾਹੁੰਦੇ ਸੀਗੇ, ਯਾਨੀ ਕਿ ਬਦਲਾ ਲੈਣਾ ਚਾਹੁੰਦੇ ਸੀਗੇ ਔਰ ਪੂਰੇ ਉਹਨੂੰ ਆਪਣੇ ਕੌਨਫੀਡੈਂਸ 'ਚ ਲੈ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਯਾਨੀ ਕਿ ਉਸ ਨੂੰ ਲੈਂਡਮਾਰਕ ਦਿੱਤਾ ਕਿ ਇਸ ਮਾਲ ਦੇ ਬਾਹਰ ਆ ਜਾ।
ਔਰ ਉਸ ਤੋਂ ਬਾਅਦ ਜਦੋਂ ਵੇਟ ਕਰ ਰਿਹਾ ਸੀ ਰਾਜੇਸ਼ ਡੋਗਰਾ, ਪਿੱਛੋਂ 3 ਤੋਂ 4 ਗੱਡੀਆਂ ਆਉਂਦੀਆਂ ਔਰ ਇਹ 3 ਤੋਂ 4 ਗੱਡੀਆਂ ਪਹੁੰਚਦੀਆਂ ਤੇ ਉੱਥੋਂ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ। ਇਹ ਗੱਡੀ ਵੀ ਉਸ ਵਿੱਚ ਸ਼ਾਮਿਲ ਸੀਗੀ, HP 38F 7669। ਇਹ ਵੀ ਗੱਡੀ ਉਹਦੇ ਵਿੱਚ ਸ਼ਾਮਿਲ ਸੀ, GD ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਇਹਦੇ ਵਿੱਚ ਹੋਰ ਵੀ ਕਈ ਜਿਹੜੇ ਖੁਲਾਸੇ ਹੈ ਉਹ ਲਗਾਤਾਰ ਸਾਹਮਣੇ ਆ ਰਹੇ ਹੈ, ਤਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ, ਯਾਨੀ ਕਿ ਕਿਸ ਤਰ੍ਹਾਂ ਹੋਰ ਜਿਹੜੇ ਸਾਥੀ ਹੈ ਕਿੱਥੇ ਹੈ, ਉਹਨਾਂ ਦੀ ਹੋਰ ਕਿੱਥੇ ਕਿੱਥੇ ਲੁਕੇ ਹੋਏ ਨੇ, ਲੋਜਿਸਟਿਕ ਚੀਜ਼ਾਂ ਕਿੰਨੇ ਮੁਹੱਈਆ ਕਰਾਈ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ।